ਤੇ ਸੱਚ ਦਾ ਮੁਕਾਬਲਾ ਕਰਨ ਵਾਸਤੇ ਮਰਦਾਂ ਦੀ ਜ਼ਰੂਰਤ ਹੁੰਦੀ ਹੈ, ਕਾਇਰਾਂ ਅਤੇ ਬੁਜ਼ਦਲਾਂ ਦੀ ਨਹੀਂ। ਅਤੇ ਅੰਦਰ ਵਾਰ ਵਾਰ ਕੇ ਸਾਨੂੰ ਵੀ ਗਾਲਾਂ ਕੱਢੀ ਜਾਓ, ਦਮ ਹੈ ਸਾਹਮਣੇ ਆ ਕੇ ਕੱਢੋ। ਸੱਚਾਈ ਹੈ ਤਾਂ ਲੋਕਾਂ ਦੇ ਵਿੱਚ ਖੜੇ ਹੋ ਕੇ ਬੋਲੋ, ਕਮ ਸੇ ਕਮ ਤਾਂ ਲੋਕਾਂ ਨੂੰ ਹੋਰ ਪਤਾ ਲੱਗੇ ਕਿ ਮੈਂ ਬਹੁਤ ਭੈੜਾ ਵਾਂ। ਅਤੇ ਕੋਈ ਡਰ ਨਹੀਂ, ਉਹਨਾਂ ਨਾਲ ਵਾਅਦਾ ਕਰਾਂਗੇ, ਜਿਹੜਾ ਸਾਨੂੰ ਗਾਲਾਂ ਕੱਢੇਗਾ ਜਾਂ ਸਾਡੇ ਸਾਹਮਣੇ ਲੋਕਾਂ ਸਾਹਮਣੇ ਸਾਡੀ ਸੱਚਾਈ ਪੇਸ਼ ਕਰੇਗਾ, ਮੈਂ ਵਾਅਦਾ ਕਰਾਂਗਾ ਉਹਨਾਂ ਨੂੰ ਮੇਰਾ ਸੇਵਕ ਕੋਈ ਵੀ ਉਹਨੂੰ ਉਹੀ ਨਹੀਂ ਕਵੇਗਾ। ਅਗਰ ਰੱਬ ਵੀ ਕਹੇਗਾ ਕਿ ਬੰਦਾ ਗਲਤ ਹੈ, ਇਹਨੂੰ ਸਜ਼ਾ ਦੇਣੀ ਹੈ, ਤਾਂ ਮੈਂ ਕਹਾਂਗਾ ਇਹਦੀ ਸਜ਼ਾ ਮੈਨੂੰ ਦੇ ਦੇ, ਇਹ ਮੈਂ ਵਾਅਦਾ ਕਰਨਾ। ਔਰ ਸੱਚੇ ਨੂੰ ਔਰ ਸੱਚੇ ਮਾਰਗ ਚੱਲਣ ਵਾਲ ਨੂੰ ਕਦੇ ਪਨਿਸ਼ਮੈਂਟ ਨਾ ਅੱਜ ਤੱਕ ਮਿਲੀ ਹੈ, ਨਾ ਮਿਲੇਗੀ ਪਿੱਛੇ ਵੀ, ਨਾ ਹੁਣ ਵੀ, ਔਰ ਨਾ ਨਾਨਕਾ ਨੇ ਅੱਜ ਤੱਕ ਦਿੱਤੀ ਹੈ। ਕੋਈ ਬੰਦਾ, ਕਈ ਲੋਕਾਂ ਮੇਰੇ ਨਾਲ ਗੱਲਬਾਤ ਕਰਦੇ ਹੁੰਦੇ ਨੇ, ਤਾਂ ਉਹਨਾਂ ਕੋਲ ਮੈਨੂੰ ਜਵਾਬ ਮਿਲਦਾ, ਸੱਚੇ ਨੂੰ ਵੀ ਸਜ਼ਾ ਮਿਲਦੀ ਹੈ। ਮੈਂ ਕਹਿੰਦਾ ਦੁਨੀਆ ਮੇਰੇ 15 ਸਾਲ ਦੇ ਮਿਸ਼ਨ ਵਿੱਚ ਇੱਕ ਐਗਜ਼ਾਮਪਲ ਖੜੀ ਕਰਦੇ ਕਿ ਇਹ ਬੰਦੇ ਨੇ ਸੱਚ ਬੋਲਿਆ ਸੀ ਮਹਾਰਾਜ ਅੱਗੇ, ਅਤੇ ਮਹਾਰਾਜ ਉਹਦਾ ਘਰ ਬਾਰ, ਉਹਦੀ ਜ਼ਿੰਦਗੀ ਜਾਂ ਉਹਦੀ ਕੋਈ ਚੀਜ਼ ਤਬਾਹ ਕੀਤੀ ਹੈ। ਕੋਈ ਐਗਜ਼ਾਮਪਲ ਮੈਨੂੰ ਕੋਈ ਸੇਵਕ ਖੜਾ ਕਰਦੇ, ਮੈਂ ਉਹਦੇ ਵਿੱਚ ਮੰਨਣ ਨੂੰ ਤਿਆਰ ਹਾਂ। ਸੱਚੇ ਨੂੰ ਨਾ ਮੈਂ ਸਜ਼ਾ ਦੇ ਸਕਣਾ, ਨਾ ਮੇਰਾ ਰੱਬ ਦੇ ਸਕਦਾ। ਸੱਚੇ ਰਹੇ ਸਮਾਏ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਸ ਕਰਕੇ ਇਹ ਵੀ ਭਰਮ ਕੱਢੋ,